विधानसभा हलका खेमकरण अधीन पेंदे पिंड ठाठा विखे रात आई हनेरी ने मचाया कहर। पंजाब सरकार वालों पिंड विच लग्या आरओ सिस्टम हवा विच उड़िया, सारा आरओ सिस्टम टूट के होया तबाह। दस दईए कि पिंड ठाठा विखे लगा पंजाब सरकार वालों आरओ सिस्टम जो कि रात हनेरी कारण बुरी तरह हवा नाल उड़ गया अते इस दे टोटे टोटे हो गए। इस संबंधी जानकारी देंदे हुए इस आधार उत्ते तैनात मुलाजम जगतार सिंह अते वाटर सप्लाई ते तैनात गुरदेव सिंह ने दस्या कि बीती रात तेज हनेरी अते मीह कारण ओ आरओ सिस्टम बुरी तरह नाल टूट चुका है। पिखी विंड तो रिंपल गोलन की रिपोर्ट, लाइव भारत। प्रशासन जानू करवाता इस बंदे? हां जी, अहीं आपदे महकमे नूं फोटो फूटो खिंच के पा दिया। अच्छा जी, हां जई नूं पा दिया फोटो गां उहदा कम। ਕੀ ਨਾ ਭਾਈ ਤੁਹਾਡਾ? ਜਗਤਾਰ ਸਿੰਘ। ਇਹ ਤੁਹਾਡੀ ਡਿਊਟੀ ਸੀ ਇੱਥੇ ਆਰ ਓ ਤੇ? ਕੀ ਗੱਲ ਹੋਈ ਭਾਜੀ? ਭਾਜੀ ਰਾਤ ਹਨੇਰੀ ਆਈ ਆ ਜੀ, ਤੇ ਸਾਰਾ ਕੁਛ ਪੁੱਟ ਕੇ ਦਿਖਾ ਛੁੱਟ ਦਿੱਤਾ ਜੀ। ਪੁਰਾਣਾ ਪੁਰਾਣਾ ਆਇਆ ਸੀ ਕੋਈ ਬੂਹੇ ਪਾਏ ਤੇ ਹਨੇਰੀ ਜ਼ਿਆਦੀ ਸੀ। ਕਿੰਨਾ ਕੁ ਨੁਕਸਾਨ ਹੋਇਆ? ਸਾਰਾ ਹੀ ਹੋ ਗਿਆ, ਤਕਰੀਬਨ ਸਾਰਾ ਹੀ ਟਾਈਟ ਹੋ ਗਿਆ। ਇਹ ਜਿਹੜਾ ਆਰ ਓ ਸਿਸਟਮ ਇਹ ਪੰਜਾਬ ਸਰਕਾਰ ਵੱਲੋਂ ਸੀ ਕਿ ਪ੍ਰਾਈਵੇਟ? ਪੰਜਾਬ ਸਰਕਾਰ ਤੋਂ। ਕੋਈ ਪ੍ਰਸ਼ਾਸਨ ਨੂੰ ਕਰਾਇਆ ਜੇ ਜਾਣੂ ਇਸ ਸੰਬੰਧੀ? ਹਾਂਜੀ, ਆਇਆ ਕੋਈ ਅਧਿਕਾਰੀ ਅਜੇ ਤੱਕ? ਨਹੀਂ, ਅਜੇ ਤੱਕ ਨਹੀਂ ਜੀ ਪਹੁੰਚਿਆ। ਕੀ ਮੰਗ ਕਰਦੇ? ਮੰਗ ਇਹੋ ਕਰਦੇ ਆ ਵੀ ਇਹਨੂੰ ਦੁਬਾਰਾ ਬਣਾਇਆ ਜਾਵੇ, ਇਹਨੂੰ ਚਾਲੂ ਕੀਤਾ ਜਾਵੇ। ਕੀ ਨਾ ਭਾਈ ਤੁਹਾਡੇ? ਸੁਖਬੀਰ ਸਿੰਘ। ਹਾਂਜੀ, ਜਿਹੜਾ ਇਹ ਨੁਕਸਾਨ ਭਾਜੀ ਅੱਜ ਹੋਇਆ ਆਰ ਓ ਦਾ ਪਿੰਡ ਠੱਠੇ ਵਿਖੇ, ਕਿਸ ਤਰੀਕੇ ਨਾਲ ਹੋਇਆ, ਕੀ ਗੱਲ ਹੈ? ਇਹ ਭਾਜੀ ਇਹ ਰਾਤ ਜਿਹੜਾ ਹਨੇਰੀ ਦੇ ਪਠਾਣ ਆਇਆ ਉਹਦੇ ਨਾਲ ਜਿਹੜਾ ਸਾਡੇ ਪਿੰਡ ਦੇ ਵਿੱਚ ਆਰ ਓ ਲੱਗਾ ਸੀ ਉਹ ਸਾਰਾ ਤਹਿਸ਼ ਨਹਿਸ਼ ਹੋ ਗਿਆ ਹੈ। ਸਾਰਾ ਹੀ ਟੁੱਟ ਗਿਆ ਆਰਓ? ਬਿਲਕੁਲ ਸਾਰਾ ਹੀ ਟੁੱਟ ਗਿਆ, ਮਸ਼ੀਨਾਂ ਜੋ ਉਹਦਾ ਡੱਬੇ ਬਣੇ ਸਭ ਖਤਮ ਹੋ ਗਿਆ। ਇਹ ਪ੍ਰਾਈਵੇਟ ਸੀ ਕਿ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ? ਇਹ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ ਸੀ। ਅਤੇ ਕੀ ਹੁਣ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਇੱਥੇ? ਇੱਥੇ ਸਾਡੇ ਕੋਲ ਕੋਈ ਨਹੀਂ ਪਹੁੰਚਿਆ, ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਵੀ ਇਹਨੂੰ ਆਣ ਕੇ ਵੇਖਿਆ ਜਾਵੇ ਅਤੇ ਵੇਖ ਕੇ ਇਹਨੂੰ ਦੁਬਾਰਾ ਚਲਾਇਆ ਜਾਵੇ। ਹੁਣ ਘਬਰਾਉਣ ਦੀ ਲੋੜ ਨਹੀਂ, ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ ਸਾਇਲ ਹੈਲਥ ਕੇਅਰ ਅੰਮ੍ਰਿਤਸਰ ਤੇ। ਬੇਔਲਾਦ ਸਰੀਰਿਕ ਤਾਕਤ, IBS, ਸਪਰਮ ਕਾਊਂਟਿੰਗ, ਮੈਨ ਪਾਵਰ, ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਇਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ। ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੇਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ, ਬਹੁਤ ਮਹੱਤਵ ਹੈ। ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ ਉਹ ਕਈ ਰੋਗਾਂ ਕਰਕੇ ਆਉਂਦੀ ਹੈ, ਜਿਹੜੇ ਔਲਾਦ ਪੈਦਾ ਨਹੀਂ ਕਰ ਸਕਦੇ ਉਹਨਾਂ ਨੂੰ ਸ਼ੁਕਰਾਣੂਆਂ ਦੀ ਕਮੀ। ਮਿਲੋ ਰੋਜ਼ਾਨਾ 10 ਤੋਂ 6 ਸਾਇਲ ਹੈਲਥ ਕੇਅਰ ਸੈਂਟਰ, 100 ਫੁੱਟੀ ਰੋਡ, ਅੰਮ੍ਰਿਤਸਰ। ਸੰਡੇ ਛੁੱਟੀ।